Thank you.
I don't know.
Oh,
مقتار نے رمادار نے میں اجان جنتر بینا جانا باپ بدلا باندے نرتے سر ہوئے جات نمک میں ست گرو بدھ سکھلائی نر دے اپج سرگ کوری دیو سو او خد سو او خد میں پائی جہاں جہاں بغل
Oh,
ਸਤਿਸੰਗਤ ਵੱਲੋਂ ਕੁਛ ਸ਼ਬਦਾਂ ਵਾਸਤੇ ਹੁਕਮ ਹੋਇਆ ਹੈ ਡਿਮਾਂਡ ਸਾਈਆਂ ਹਨ ਕਿ ਸ਼ਬਦ ਸੁਣਾਏ ਜਾਣਗੇ ਤਾਂ ਕੋਸ਼ਿਸ਼ ਕਰਾਂਗੇ ਕਿ ਜਿਹਨੇ ਆਪਦੀ ਸੇਵਾ ਵਿੱਚ ਸੁਣਾ ਸਕੀਏ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਸਨਾ ਦਾ ਉਚਾਰਨ ਕੀਤਾ ਮੈਂ ਹਾਂ ਪੁਰਮ ਪਰਮ ਪੁਰਖੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਸਾਰਾ ਜੋ ਸੰਸਾਰ ਹੈ ਉਸਨੂੰ ਸਤਿਗੁਰੂ ਜੀ ਨੇ ਇੱਕ ਤਮਾਸ਼ੇ ਵੱਲੋਂ ਬਖਾਣ ਕੀਤਾ ਹੈ ਇਹ ਸਾਰਾ ਇੱਕ ਡਰਾਮਾ ਹੈ ਉਹਦੀ ਰਚਨਾ ਉਹ ਚਾਹੁੰਦਾ ਹੈ ਤਾਂ ਦਿਖ ਰਿਹਾ ਹੈ ਜਦੋਂ ਨਹੀਂ ਚਾਹੁੰਦਾ ਤਾਂ ਇਸਨੂੰ ਸਮੇਟ ਲੈਂਦਾ ਹੈ ਚੌਪਈ ਦੇ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਹਨ ਜਬ ਉਦ ਕਰਕ ਕਰਾਂ ਕਰਤਾਰਾ ਪ੍ਰਜਾ ਤਤ ਤਬ ਦੇਹ ਅਪਾਰਾ ਜਦੋਂ ਆਪਣੇ ਉਹ ਪੇੜ ਦੇ ਵਿੱਚੋਂ ਹਵਾ ਬਾਹਰ ਕੱਢਦਾ ਹੈ ਅਕਾਲ ਪੁਰਖ ਤਾਂ ਇਹ ਸਾਰਾ ਸੰਸਾਰ ਬਣ ਜਾਂਦਾ ਹੈ ਜਬ ਆ ਕਰਕ ਕਰਦੋ ਹੋ ਕਬ ਹੋ ਤੁਮ ਮੈਂ ਮਿਲਦੇ ਤਰ ਸਭ ਹੋ ਉਹ ਜਿਹੜੀ ਹਵਾ ਉਹਨੇ ਸਾਹ ਕੱਢਿਆ ਬਾਹਰ ਉਹ ਜਦੋਂ ਅੰਦਰ ਖਿੱਚ ਲੈਂਦਾ ਹੈ ਇਹ ਸਾਰਾ ਸੰਸਾਰ ਉਹਦੇ ਵਿੱਚ ਹੀ ਸਮਾ ਜਾਂਦਾ ਹੈ ਇਹ ਐਸਾ ਅਕਾਲ ਪੁਰਖ ਦਾ ਇੱਕ ਰੰਗ ਹੈ ਰੂਪ ਹੈ ਡਰਾਮਾ ਕਹਿ ਲਓ ਜਾਂ ਕੁਛ ਵੀ ਕਹਿ ਲਓ ਇਹ ਜਗ ਜਿਹੜਾ ਹੈ ਸਾਰਾ ਅਲੱਗ ਅਲੱਗ ਗੁਰਮੁਖਾਂ ਨੇ ਗੁਰੂਆਂ ਨੇ ਇਸਨੂੰ ਗੁਰਦੇਵ ਬਹਾਦਰ ਜੀ ਕਹਿੰਦੇ ਹਨ ਕਿ ਇਹ ਜਗ ਰਚਨਾ ਸਭ ਝੂਠ ਇਹ ਝੂਠਾ ਹੈ ਸੰਸਾਰ ਕੋਈ ਵੀ ਸੱਚ ਨਹੀਂ ਜਾਣ ਦੇ ਹੋਏ ਸੋ ਅਲੱਗ ਅਲੱਗ ਗੁਰੂਆਂ ਦੀ ਥਿੰਕਿੰਗ ਹੈ ਸੋਚ ਹੈ ਬੋਲ ਅਲੱਗ ਅਲੱਗ ਹਨ ਲੇਕਿਨ ਉਹਦਾ ਭਾਵ ਉਹੀ ਆਓ ਸਾਰੇ ਸਰਵਣ ਕਰੀਏ ਗਾਇਨ ਕਰੀਏ ਮੈਂ ਹਾਂ ਪਰਮ ਪੁਰਖ ਕੋ ਮੈਂ ਹਾਂ
देखन आयो जगत Thank you.
जिम तिन कही इंदा तहे ओ जिम तिन कही तिना जिन दिन कही तिन जब कहो ka jano mo ko da
Yeah.
ਸਾਰੀ ਸੰਤਾਂ ਦਾ ਜੋ ਬੜੇ ਹੀ ਪਿਆਰ ਨਾਲ ਸਜ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਅਕਾਲ ਪੁਰਖ ਦੀ ਮਹਿਮਾ ਮਹਾਂਪੁਰਸ਼ਾਂ ਕੋਲੋਂ ਗੁਰੂਆਂ ਦੀ ਰਸਨਾ ਤੋਂ ਉਚਾਰਨ ਕੀਤੀ ਇਹ ਬਾਣੀ ਦਾ ਅਰਜਸ ਕੀਰਤਨ ਸਰਵਣ ਕੀਤਾ ਹੈ ਸੋ ਅਸੀਂ ਇਸ ਮਨ ਨੂੰ ਕੋਸ਼ਿਸ਼ ਕਰੀਏ ਰੋਜ਼ ਲਾਉਣ ਦੀ ਕਿ ਐਵਰੀ ਡੇ ਅਸੀਂ ਬਾਣੀ ਨੂੰ ਪੜ੍ਹੀਏ ਕੀਰਤਨ ਸਰਵਣ ਕਰੀਏ ਔਰ ਆਪ ਵੀ ਕਰੀਏ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੱਥੋਂ ਦੇ ਬੱਚੇ ਗੁਰਮਤਿ ਕੀਰਤਨ ਕਰਦੇ ਹਨ ਸਿੱਖਦੇ ਹਨ ਪੂਰੇ ਵਰਲਡ ਦੇ ਵਿੱਚ ਸਾਡੇ ਸਟੂਡੈਂਟ ਹਨ ਜੋ ਔਨਲਾਈਨ ਕਲਾਸਿਸ ਲੈ ਰਹੇ ਹਨ ਇਹ ਸਾਜ ਜੋ ਦਿਲ ਰੁਬਾ ਤਾਊਸ ਸਰੰਦਾ ਰਬਾਬ ਸਾਰਿਆਂ ਨਾਲ ਉਹ ਗਾਇਨ ਕਰਦੇ ਹਨ ਛੇ ਛੇ ਸੱਤ ਸੱਤ ਸਾਲ ਦੇ ਬੱਚੇ ਇੰਨਾ ਵਧੀਆ ਦਿਲ ਰੁਬਾ ਵਜਾਉਂਦੇ ਹਨ ਨਾਲ ਗਾਉਂਦੇ ਹਨ ਅਤੇ ਮੈਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਵਧਾਈ ਦਿੰਦਾ ਹਾਂ ਕਿ ਉਹਨਾਂ ਦਾ ਬੜਾ ਪਿਆਰ ਹੈ ਬੱਚਿਆਂ ਨੂੰ ਕਿ ਸਾਡੇ ਬੱਚੇ ਗੁਰਮਤਿ ਕੀਰਤਨ ਗੁਰੂ ਨਾਨਕ ਦੇਵ ਵਾਂਗੂੰ ਭਾਈ ਮਰਦਾਨਾ ਸਾਹਿਬ ਵਾਂਗੂੰ ਕਰਨ ਸੋ ਜਿੰਨਾ ਜਿੰਨਾ ਦਾ ਵੀ ਮਨ ਕਰਦਾ ਹੈ ਤੁਸੀਂ ਸਿੱਖੋ ਬੱਚਿਆਂ ਨੂੰ ਸਿਖਾਓ ਕਿਤੋਂ ਵੀ ਸਿਖਾਓ ਇੱਕ ਉਹ ਗੁਰੂ ਨਾਨਕ ਵਾਲਾ ਕੀਰਤਨ ਕਰਨ ਦਸਮ ਪਿਤਾ ਵਾਲਾ ਕੀਰਤਨ ਕਰਨ ਭਾਈ ਸੁਮਨ ਸਿੰਘ ਵਾਂਗੂ ਭਾਈ ਬਲਬੀਰ ਸਿੰਘ ਵਾਂਗੂ ਗਾਇਨ ਕਰਨ ਤਾਂ ਕਿ ਅਸੀਂ ਜੋ ਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕੀਰਤਨ ਦਿੱਤਾ ਹੈ ਇੰਨੀ ਕਿਰਪਾ ਕਰਕੇ ਉਹਨੂੰ ਅਸੀਂ ਅੱਗੇ ਹੋਰ ਵਧਾ ਸਕੀਏ ਇਹ ਬਖਸ਼ਿਸ਼ ਹੋਵੇ ਸੋ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਸਾਂ ਦਿਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ